ਨੌਕਰੀ ਤੂੰ ਕਿਉਂ ਕਰ ਲਈ ਇਹਦੇ ਚ ਮੇਰਾ ਕੀ ਕਸੂਰ ਹੈ ਜੱਜ ਸਾਹਿਬ ਨੇ ਕਿਹਾ ਆਰਡਰ ਆਰਡਰ ਜਿਹੜਾ ਬੰਦਾ ਸ਼ੋਰ ਮਚਾਵੇ ਉਹਨੂੰ ਅਦਾਲਤ ਚ ਬਾਹਰ ਕੱਢ ਦੇਣਾ ਮੁਲਜ਼ਮ ਨੇ ਸ਼ੋਰ ਮਚਾਇਆ ਮੈਂ ਉਹਨੂੰ ਬਾਹਰ ਕੱਢਤਾ ਉਹ ਬਾਹਰੋਂ ਬਾਹਰ ਲੱਸ ਗਿਆ ਮੈਨੂੰ ਮੁਅੱਤਲ ਕਰ ਦਿੱਤਾ ਵੀ ਤੇਰਾ ਢਿੱਡ ਐਡਾ ਵੱਡਾ ਕਿਉਂ ਹੋ ਗਿਆ ਤੂੰ ਰਿਸ਼ਵਤ ਲੈਣਾ ਲੈ ਮੇਰੀ ਮਾਂ ਮੈਨੂੰ ਦੁੱਧ ਮੱਖਣ ਤੇ ਬਦਾਮ ਖਵਾਉਂਦੀ ਸੀ ਪਰ ਮੈਨੂੰ ਲੱਡੂ ਲੱਡੂ ਕਹਿੰਦੀ ਸੀ ਤਾਂ ਸੋਹਣੇ ਇਹਨਾਂ ਦੇ ਕੰਮ ਮੈਨੂੰ ਮੁਅੱਤਲ ਕਰ ਦਿੱਤਾ ਚਲੋ ਕੋਈ ਗੱਲ ਨਹੀਂ ਚੰਗਾ ਹੀ ਕੀਤਾ ਇਹਨਾਂ ਨੇ ਮੈਨੂੰ ਮੈਂ ਕੋਈ ਹੋਰ ਕੰਮ ਕਰ ਲਾਂਗਾ ਮੈਂ ਤਾਂ ਬੜਾ ਵੱਡਾ ਗਲੂਕਾਰ ਹਾਂ ਲੈ ਭਲਾ ਪੁਲਿਸ ਦੀ ਨੌਕਰੀ ਚ ਕੁਝ ਰੱਖਿਆ ਐਵੇਂ ਪੁਲਿਸ ਦੇ ਵਿੱਚ ਮੁਲਜ਼ਮਾਂ ਦਾ ਪਿੱਛੇ ਨਾਸ ਨਾਸ ਕੇ ਮੈਂ ਤਾਂ ਜ਼ਲੀਲ ਹੋ ਗਿਆ ਇਹ ਵੀ ਕੋਈ ਨੌਕਰੀ ਸਾਰਾ ਦਿਹਾੜੀ ਮੁਲਜ਼ਮਾਂ ਦੇ ਪਿੱਛੇ ਲੱਗੇ ਰਹੋ ਮੁਲਜ਼ਮਾਂ ਦੇ ਪਿੱਛੇ ਅਸੀਂ ਨੱਸਦੇ ਆ ਨਾ ਅਫਸਰਾਂ ਦਾ ਬਣ ਜਾਂਦਾ ਕਿਤੇ ਨੇ ਉਹਨੇ ਮੁਲਜ਼ਮ ਫੜਿਆ ਉਹ ਵੱਡੇ ਅਫਸਰ ਨੂੰ ਮੁਲਜ਼ਮ ਫੜਿਆ ਚੰਗਾ ਹੀ ਹੈ ਮੈਂ ਉਹਨੂੰ ਗਲੂਕਾਰ ਹੀ ਕਰਾਂਗਾ ਮੈਨੂੰ ਕੀ ਲੋੜ ਹੈ ਇਹ ਪੁਲਿਸ ਦੀ ਨੌਕਰੀ ਕਰਨ ਦੀ ਛੱਡ ਪੁਲਿਸ ਦੀ ਨੌਕਰੀ ਆ ਫੀਕਿਆ ਆ ਫੀਕੇ ਆ ਮੇਰਾ ਲੈ ਕੇ ਆ ਕੀ ਕਹਿੰਦਾ ਨਾ ਸੂਟ ਲੈ ਕੇ ਆ ਕੱਪੜੇ ਲੈ ਕੇ ਆ ਮੈਂ ਪੁਲਿਸ ਦੀ ਨੌਕਰੀ ਕਰਨੀ ਹੀ ਨਹੀਂ ਹੁਣ ਹੈ ਜੋਸਾ ਜੀ ਕੀ ਬਣਿਆ ਫਿਰ ਉਸਤਾਦ ਜੀ ਮੈਨੂੰ ਵੀ ਨੌਕਰੀ ਤਾਂ ਕੱਢ ਦਿੱਤਾ ਹੈ ਉਹ ਕਿਵੇਂ ਉਸਤਾਦ ਜੀ ਮੈਂ ਉੱਥੇ ਇੱਕ ਮਰੀਜ਼ ਨੂੰ ਗਲਤ ਟੀਕਾ ਲਾ ਬੈਠਾ ਓ ਨੋ ਗਵਰਨਮੈਂਟ ਗਲਤ ਟੀਕਾ ਰੋਕਦੀ ਨਹੀਂ ਹੈ ਮਾਰਕੀਟ ਭੇਜ ਦਿੰਦੀ ਹੈ ਸਾਡਾ ਦੇ ਕੀ ਕਸੂਰ ਹੈ ਚਲੋ ਚੰਗਾ ਹੀ ਹੋਇਆ ਆਪਾਂ ਹੁਣ ਗੁਲੀ ਤਰਾ ਕਰਾਂਗੇ ਉਹ ਜਾ ਉਹਦੇ ਕੋਲ ਮੰਨੇ ਦਰਜੀ ਕੋਲੋਂ ਮੇਰਾ ਸੂਟ ਲੈ ਕੇ ਆ ਉਸਤਾਦ ਜੀ ਮੈਂ ਹੁਣੇ ਲੈ ਕੇ ਆਇਆ ਹਾਂ ਚੱਲ ਚਲੀਏ ਮੈਂ ਲੈ ਕੇ ਆਇਆ ਚੱਲ ਸਟੂਡੀਓ ਜਾ ਕੇ ਗਾਣੇ ਗਾਣੇ ਆਪਾਂ ਉਹ ਤੁਸੀਂ ਆ ਲਈ ਇੱਥੇ ਹੀ ਹੋ ਇੱਥੇ ਰਹਿਣਾ ਇੱਥੇ ਤਾਂ प्यार भरे दो शब्द मिले जिनसे मिला मेरे दिल को चैन कोई जानना कैसे मुझे तड़पाए काश मेरा बन जाए प्यार भरे दो शब्द मिले ਮੈਂ ਫਰਮੈਸ਼ੀ ਗੁਰੂ ਕਰ ਬਣਾਂਗਾ ਹੈ ਮੌਲਾ ਖੁਸ਼ ਰੱਖੇ